ਪਿਛਲੇ 72 ਘੰਟਿਆਂ ਤੋਂ ਜਿਹੜੀ ਬਾਰਿਸ਼ ਪੈ ਰਹੀ ਹੈ ਉਰੇ ਵੀ ਔਰ ਪਹਾੜਾਂ ਵਿੱਚ ਵੀ, ਸਾਡੇ ਡੈਮ ਭਰੇ ਹੋਏ ਨੇ, ਫਸਲਾਂ ਸਾਡੀਆਂ ਖਰਾਬ ਹੋ ਗਈਆਂ, ਖੇਤ ਭਰੇ ਹੋਏ ਨੇ ਪਾਣੀ ਦੇ, ਔਰ ਕਿਤੇ ਕਿਤੇ ਸੜਕਾਂ ਵੀ ਬਹਿ ਗਈਆਂ ਨੇ, ਕਿਤੇ ਪੁਲ ਵੀ ਬਹਿ ਗਏ ਨੇ। ਅਤੇ ਮੇਰੀ ਅੱਜ ਸਾਰੇ ਪੰਜਾਬੀਆਂ ਨੂੰ ਇੱਕ ਬੇਨਤੀ ਹੈ ਕਿ ਜਦੋਂ ਤਾਂ ਇਹ ਹਾਲਾਤ ਕੁਝ ਸੁਧਰੇ ਨਾ, ਕਿ ਜਦੋਂ ਤਾਂ ਅਗਰ ਲੋੜ ਪਵੇ ਤਾਂ ਤੁਸੀਂ ਆਪਣੇ ਘਰ ਛੱਡੋ, ਨਹੀਂ ਆਪਣੇ ਘਰਾਂ 'ਚ ਰਹੋ, ਤਾਂ ਕਿ ਇਹੋ ਜਿਹਾ ਕੋਈ ਹਾਦਸਾ ਨਾ ਕੋਈ ਹੋ ਜਾਵੇ।